ਹੈਲੋ एवरीवन, ਇੱਕ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਮੈਲਬਨ ਦੇ ਸਾਰੇ ਫਰੈਂਡਸ ਨੂੰ, ਤੁਹਾਡੀ ਆਪਣੀ ਹੋਸਟ ਐਂਡ ਦੋਸਤ ਪ੍ਰਸ਼ੰਸਾ ਪ੍ਰਾਸ਼ਰ ਵੱਲੋਂ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇਹ ਜਿਹੇ ਇਵੈਂਟ ਲਈ ਇਨਵਾਈਟ ਕਰਨ ਜਾ ਰਹੀ ਹਾਂ ਜਿੱਥੇ ਨਾ ਸਿਰਫ ਸਾਡਾ ਪੰਜਾਬੀ ਕਲਚਰ ਸੈਲੀਬ੍ਰੇਟ ਹੋਏਗਾ, ਲੇਕਿਨ ਨਾਲ ਹੀ ਨਾਲ ਸੈਲੀਬ੍ਰੇਟ ਹੋਏਗਾ ਸਾਡਾ ਸਿੱਖ ਰਿਲੀਜਨ। ਹਾਂਜੀ, ਦਿਸ ਸ਼ੋ ਵੁੱਡ ਬੀ ਸੈਲੀਬ੍ਰੇਟਿੰਗ ਦ ਪ੍ਰਾਈਡ ਆਫ ਸਿੱਖਿਜ਼ਮ ਐਂਡ ਵੁੱਡ ਬੀ ਸਪੈਸ਼ਲੀ ਡੈਡੀਕੇਟਡ ਟੂ ਆਲ ਆਰ ਫਰੈਂਡਸ ਹੂ ਆਰ ਵੇਅਰਿੰਗ ਟਰਬਨਸ। ਯੈਸ, ਇਟਸ ਨਨ ਅਦਰ ਦੈਨ ਟਰਬਨੇਟਰ। ਟਰਬਨੇਟਰ ਜਿਹੜਾ ਹੋਣ ਜਾ ਰਿਹਾ ਸਾਡੇ ਮੈਲਬਨ ਦੇ ਵਿੱਚ 7th of July ਨੂੰ ਇਨ ਮੈਲਬਨ ਐਗਜੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ, ਉੱਥੇ ਅਸੀਂ ਤੁਹਾਡੇ ਸਾਰੇ ਲਈ ਲੈ ਕੇ ਆ ਰਹੇ ਹਾਂ ਕੁਝ ਬਹੁਤ ਹੀ ਫੇਮਸ ਆਰਟਿਸਟ। ਕਹਿੰਦੇ ਨੇ ਕਈਆਂ ਲਈ ਤਾਂ ਭੈੜਾ, ਕਈ ਕਹਿੰਦੇ ਅੜ ਬੇੜਾ, ਕਈਆਂ ਲਈ ਤਾਂ ਮੁੰਡਾ ਬੜਾ ਸਾਊ ਹੈ। ਹਾਂਜੀ, ਅਸੀਂ ਗੱਲ ਕਰ ਰਹੇ ਹਾਂ ਸਾਡੇ ਸਾਰਿਆਂ ਦੇ ਫੇਵਰੇਟ ਨਨ ਅਦਰ ਦੈਨ ਤਰਸੇਮ ਜੱਸਰ ਜੀ ਦੀ। ਤਰਸੇਮ ਜੱਸਰ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣਗੇ, ਹੋਰ ਸਾਡੇ ਨਾਲ ਰੂਬਰੂ ਹੋਣਗੇ ਦਰਸ਼ਨ ਰੱਖੇਵਾਲਾ ਜੀ ਐਂਡ ਹਰਦੀਪ ਗਰੇਵਾਲ ਜੀ। ਸੋ ਡੂ ਨਾਟ ਫੋਰਗੇਟ ਟੂ ਜੁਆਇਨ ਅਸ, ਐਂਡ ਐਸ ਆਈ ਸੈਡ ਬਿਫੋਰ, ਸਪੈਸ਼ਲੀ ਡੈਡੀਕੇਟਡ ਟੂ ਆਲ ਆਰ ਫਰੈਂਡਸ ਵੇਅਰਿੰਗ ਟਰਬਨਸ। ਸੋ ਇਟਸ ਟਾਈਮ ਫਾਰ ਅਸ ਟੂ ਸੈਲੀਬ੍ਰੇਟ ਦ ਪ੍ਰਾਈਡ ਆਫ ਵੇਅਰਿੰਗ ਟਰਬਨ। ਸੋ ਸਾਡੇ ਸਾਰੇ ਸਿਕਸ ਫਰੈਂਡਸ, ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਸਾਨੂੰ ਜੁਆਇਨ ਕਰਿਓ ਫੋਰ ਦ ਸ਼ੋ ਟਰਬਨੇਟਰ। Hope to see you all there. It's me, Prashansa Prasha, inviting you all once again on 7th of July. Do not forget to join us. Thank you.